ਮਹਾਰਾਜ ਅੱਜ ਦੀ ਗੱਲ ਮੇਰੇ ਨਾਲ ਵਾਪਰੀ। ਉਹ ਤੋਂ ਬਾਅਦ ਮੈਂ ਕਿਹਾ ਫੌਜੀ ਸਿੰਘਾਂ, ਬਾਬਾ ਜੀ ਦਾ ਬਚਨ ਸੀ, ਸਿਆਣੇ ਨਾਲ ਹਾਰ ਨਹੀਂ ਮੀਂਹ ਨਾਲ ਕਾਲ ਨਹੀਂ ਦੇਖਦੇ। ਤੈਂ ਅੱਜ ਨਿਆਣਿਆਂ ਵਾਲੀ ਗੱਲ ਤੇ ਡਰਾਈਵਰ ਸਿੰਘਾਂ ਤੈਂ ਵੀ ਕੀਤੀ, ਮੇਰਾ ਦਿਲ ਦੁੱਖ ਗਿਆ। ਦਿਲ ਚਾਹੁੰਦਾ ਮੁੜ ਪਾਂ, ਪਰ ਇੱਧਰ ਵੀ ਤੱਕੜੀ ਤੇ ਤੋਲਿਆ ਜਾ ਰਿਹਾ, ਜੇ ਮੇਰਾ ਵੀ ਇਮਤਿਹਾਨ ਹੈ। ਤੱਕੜੀ ਵੀ ਹੈ ਨਾ, ਇੱਥੇ ਵੀ ਆ, ਅੱਗੇ ਵੀ ਹੈ। ਇੱਕ ਉਹ ਧਾਰਨਾ ਪਿਆਰ ਨਾਲ ਜੇ ਇੱਕ ਪੜ੍ਹ ਲਿਓ, ਜੀਵ ਗਤੀ ਵਾਸਤੇ ਅੱਗੇ ਇੱਕ ਇਮਤਿਹਾਨ ਨਹੀਂ ਹਿਸਾਬ ਹੈ। ਧਾਰਨਾ ਪੜ੍ਹ ਲਿਓ, ਥੋੜ੍ਹਾ ਜਿਹਾ ਝੂਟਾ ਜਿਹਾ ਆਜੂਗਾ, ਜਿਹਦੇ ਨਾਲ ਜੱਗ ਜਿਉਂਦਾ ਹੈ। ਕਿਹਦੀਆਂ ਧਾਰਨਾ ਨੇ? ਸੰਤ ਬਾਬਾ ਤਰ ਸਿੰਘ ਜੀ ਦੀਆਂ, ਦਰਗਾਹ ਤੋਂ ਲਿਆਂਦੀਆਂ ਪੈਗੰਬਰਾਂ ਦੀਆਂ। ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇ। ਪਿਆਰ ਨਾਲ ਅੱਛਾ ਚਲੋ, ਬੁਰੇ ਭਲੇ ਦੀ ਕਲ ਕਿ ਧਰਮਰਾਜ ਦੇ ਹੱਥ ਤੱਕਣੀ ਹੈ। ਗੱਲ ਬਾਬਾ ਮੀਆਂ ਸਾਹਿਬ ਵਾਲੀ ਆ ਗਈ, ਇੱਥੇ ਗੱਦੀ ਉਹਨਾਂ ਦੀ ਵੀ ਆਈ ਹੋਈ ਹੈ। ਇੱਥੇ ਬਹੁਤ ਸ਼ਕਤੀਆਂ ਨੇ, ਗੁਰੂ ਤੇਗ ਬਹਾਦਰ ਸਾਹਿਬ ਦੇ ਬਖਸ਼ੇ ਔਰ ਦਸ਼ਮੇਸ਼ ਜੀ ਦੀ, ਜਿਨ੍ਹਾਂ ਨੂੰ ਬਾਬਾ ਮੀਆਂ ਸਾਹਿਬ, ਬਾਬੇ ਸੋਹਣ ਕਿਆ ਸੋਹਣੇ ਤੋਂ ਛੇਵੇਂ ਪਾਤਸ਼ਾਹ ਦੇ ਘੋੜੇ ਸਾਹਿਬ ਦੀ ਸੇਵਾ, ਘਾ ਲਿਆਉਣਾ, ਸਿੱਖ ਦੇ ਕੇ ਰਾਜੀ ਵੀ ਸੀ, ਸਤਮਿਆਂ ਦਾ ਸਮਾਂ
ਉਸ ਤੋਂ ਬਾਅਦ ਨੌਵੇਂ ਪਾਤਸ਼ਾਹੀ ਦੇ ਨਾਲ ਧਮਧਾਨ ਸਾਹਿਬ ਦਾ ਇਤਿਹਾਸ। ਪਿਆਰ ਨਾਲ ਬੋਲੋ ਸਤਿਨਾਮ। ਹਜ਼ੂਰ ਦਸ਼ਮੇਸ਼ ਜੀ ਨੇ ਬਾਬਾ ਮੀਆਂ ਜਿਨ੍ਹਾਂ ਦੇ ਨਗਾਰੇ ਆਪਣੇ ਆਪ ਦਿੱਲੀ ਆਪੇ ਵੱਜੇ ਸਨ ਔਰੰਗਜ਼ੇਬ ਦੇ ਰਾਜ ਵਿੱਚ। ਮਹਾਰਾਜ ਦਾ ਬਚਨ ਸੀ, ਕਹਿੰਦੇ ਮੈਨੂੰ ਤੁਸੀਂ ਦੱਖਣੀ ਵੱਲ ਤੇ ਨਿਸ਼ਾਨ, ਇਹ ਧਰਤੀ ਆਮ ਨਹੀਂ ਹੈ। ਜਿੱਥੇ ਬਾਬਾ ਵੀਰ ਮਦਾਸ, ਬਾਬਾ ਮੀਆਂ ਸਾਹਿਬ, ਇੱਥੋਂ ਧਰਮ ਦੇ ਨਿਸ਼ਾਨ, ਇੱਥੋਂ ਬਰਕਤਾਂ ਬਖਸ਼ੀਸ਼ਾਂ, ਧਰਮ ਦੇ ਪ੍ਰਚਾਰ ਦੀਆਂ ਬਖਸ਼ੀਸ਼ਾਂ ਦਾ ਇਹ ਘਰ ਹੈ, ਜਾਓ ਕਰੋ। ਪੰਜ ਪਿਆਰੇ ਲੋਹ ਲੰਗਰ ਤਪੇ, ਅਕਾਲ ਅਕਾਲ, ਲੋਹ ਲੰਗਰ ਤਪੇ ਸਾਧ ਸੰਗ ਛਕੇ। ਘੋੜਾ ਦਿੱਤਾ, ਪੰਜ ਪਿਆਰੇ ਦਿੱਤੇ, ਖਜ਼ਾਨਾ ਦਿੱਤਾ, ਲੋਹ ਦਿੱਤੀ ਛਕਾ, ਇੱਕ ਖਜ਼ਾਨਾ ਦਿੱਤਾ। ਲੈ ਮੀਆਂ ਸਾਹਿਬ, ਮੀਆਂ ਮਹਾਰਾਜ ਕਿੱਥੇ ਨੂੰ ਪ੍ਰਚਾਰ ਕਰਨਾ, ਚੜ ਜਾਓ ਪੂਰਬ ਦਿਸ਼ਾ ਨੂੰ, ਸੁਣੋ ਕੌਣ। ਕਹਿੰਦੇ ਵਾ ਨਗਾਰੇ ਤੇ ਚੋਟ, ਜਿਹੜੇ ਪਿੰਡ ਚਲਿਆ ਜਾਵੇ ਸੱਥ ਵਿੱਚ ਖੜ ਕੇ ਬਜਾ ਦੀ, ਉਦੋਂ ਹੀ ਇੰਦਰ ਨੂੰ ਵਕਤ ਪੈ ਜਾਓ, ਉਦੋਂ ਹੀ ਮੀਂਹ ਪੈਣਾ ਸ਼ੁਰੂ। ਲੈ ਆ ਬਾਹਰ ਵੀ ਆ ਗਿਆ, ਬਾਹਰ ਵੀ ਕਮਾਲ ਸੀ, ਦੁਨੀਆ ਵਿਹਲੀ ਹੋ ਜਾਊ। ਮੈਂ ਜ਼ਿੰਦਗੀ ਚ ਜਿੱਥੇ ਜੇਠ ਦੀ ਵਸਤੂ ਚੱਲੀ, ਕੁਛ ਖਰਾ ਸਾਹਿਬ ਹੀ ਬੋਲੇ ਸੀ, ਹੋਰ ਵੀ ਸੀ ਇੱਕ ਦੋ ਸੱਜਣ। ਆ ਨੌ ਮਈ ਸੀ, 27 ਵਿਸਾਖ ਸੀ। ਕਹਿੰਦੇ ਗਰਮੀ ਮਕਾ ਜੀ ਕਿੱਥੇ, ਅੱਜ ਤਾਂ ਸਾਵਣ ਸਰਸੀ ਬਣਿਆ ਪਏ, ਅਜੇ ਤੱਕ ਮੀਹਾਂ ਸਾਹਿਬ ਗੱਲ ਅਜੇ ਤੱਕ ਨਹੀਂ ਮੋੜਿਆ ਮੁੜਿਆ। ਕਿਤੇ ਨਾ ਕਿਤੇ ਰੋਜ਼ ਪੈਂਦਾ ਜਾਂ ਨਹੀਂ ਪੈਂਦਾ, ਮੀਂਹ ਪੈ ਜਾ ਕਰੂ, ਲੋਕ ਵਿਹਲੇ ਹੋ ਜਾਣਗੇ, ਜਾਂ ਨਗਾਰਾ ਵੱਜੂ, ਤੇਰੇ ਉਦਾਲੇ ਹੋ ਜਾਣਗੇ, ਤੇਰੇ ਦਰਸ਼ਨ ਕਰਨ ਦਾ ਵੀ ਸਮਾਂ ਨਹੀਂ ਸੰਗਤ ਨੂੰ ਮਿਲੂਗਾ। ਬਸ ਲੈ ਆਪੇ ਹੀ ਇਕੱਠ ਹੋਣ ਤਾਂ ਸੀ, ਕੋਈ ਟੈਲੀਵਿਜ਼ਨਾਂ ਚ, ਕੋਈ ਚੈਨਲਾਂ ਤੇ ਭੇਜਦਾ, ਕੋਈ ਖਬਰਾਂ ਭੇਜਦਾ, ਕੋਈ ਅਖਬਾਰ, ਕੋਈ ਜੀਪਾਂ ਤੇ ਆਓ ਜੀ, ਉੱਥੇ ਦੀਵਾਨ ਆ, ਉੱਥੇ ਦੀਵਾਨ। ਉਹ ਆਪਣੇ ਆਪ ਹੀ ਸੰਗਤ ਜਿੱਥੇ ਆ ਕੇ ਡਿੱਗੇ, ਗੱਜ ਕੇ ਬੋਲੋ। ਜਦੋਂ ਇੱਥੇ ਨਾ ਨਗਾਰੇ ਵਜਾਇਓ, ਕਹਿੰਦੇ ਆ ਪਏ ਨੇ ਆਪ ਇਤਿਹਾਸ। 34 ਸੈਂਚੀ ਫਿਰ ਬਾਂਹ ਚ ਲਿਓ, ਗੱਜ ਕੇ ਗੱਡ ਕੇ ਪੰਜਾਬੀ ਕਰਿਆ। ਟੋਡਰਮੱਲ ਦੇ ਕਿੱਥੋਂ ਪੁੱਤਰ ਹੋਇਆ? ਬਾਬਾ ਮੀਆਂ ਸਾਹਿਬ ਜੀ, ਉਹਨੇ ਐਵੇਂ ਨੀ ਮੋਹਰਾਂ ਵਿਛਾਈਆਂ ਸੀ, ਇਹ ਪੁੱਤਰ ਜੈ ਭੋਪਾਲ ਚੌਧਰੀ ਸਾਹਿਬ ਬੰਗਾ ਨਗਰ ਸਾਡਾ ਪ੍ਰਾਚੀ ਬਜ਼ੁਰਗ ਦਿੜਵੇ ਦੀ ਬਹੁਤ ਅੱਜ ਕਹਿੰਦੇ ਗੱਭਰੂ ਕਈ, ਅਸੀਂ ਦਿੜਵੇ ਤੋਂ ਆਏ ਹਾਂ। ਮੈਂ ਗਾਹਾਂ ਵੀ ਕਹਿ ਦਿਓ ਕੋਈ ਕੁਛ। ਦਸ਼ਮੇਸ਼ ਜੀਆਂ ਦੇ ਦੀਦਾਰ, ਉਹ ਨਿਸ਼ਾਨ ਪਹਿਲਾਂ ਕਿੱਥੇ ਝੂਲਿਆ? ਜਿਹੜੇ ਪਰਖਣਾ ਵਾਲੇ ਹੁੰਦੇ ਨੇ, ਮੈਂ ਹੋਰ ਦੀ ਜ਼ਿਆਦਾ ਨਹੀਂ ਗੱਲ ਕਰਦਾ, ਇਹ ਵਸਤੂਆਂ ਅਖਰਾ ਸਾਹਿਬ ਕਹਿੰਦੇ ਮੈਨੂੰ, ਮੈਂ ਤਾਂ ਜਾਂ ਸੁਣਦਾ ਬਸ ਕਿਸੇ ਹੋਰੇ ਦੇਸ਼ ਵਿੱਚ ਚਲਿਆ ਜਾਂਦਾ, ਐਸਾ ਇਤਿਹਾਸ ਪਤਾ ਪੁੱਛ ਲਿਓ, ਇਕੱਲੇ ਅੱਖਰ ਇੱਥੇ ਹੀ ਨੇ ਮਿਲੇ ਸਹੀ ਉਹਨਾਂ ਨੂੰ ਵੀ।
ਕਿੱਥੋਂ ਲਿਆਉਂਦੇ ਹੋ ਇਤਿਹਾਸ? ਮੈਂ ਕਿਹਾ ਉਹ ਭੇਜਣ ਵਾਲਾ ਭੇਜਦੇ ਬਚਦੇ। ਦਸ਼ਮੇਸ਼ ਜੀ ਦੇ ਦਰਬਾਰ ਜਾਣਾ, ਕਹਿੰਦੇ ਮੈਂ ਤਾਂ ਪਹਿਲਾਂ ਹੀ ਫੜਾਉਣ ਲੱਗਿਆ ਸੀ, ਜਿਵੇਂ ਅਸੀਂ 300 ਸਾਲਾਂ 'ਤੇ ਖਬਰ ਹੈ ਕੀ ਕੁਝ ਕਰਨਾ ਸੀ। ਤੋ ਹਜ਼ੂਰ ਤੋਂ ਨਿਹੰਗ ਸਿੰਘ ਕਿਸੇ ਨੇ ਘੋੜਾ ਖਿੱਚ ਲਿਆ, ਜਿਸ ਕੀ ਵਸਤ ਹੁਣ ਬੀਬੀ ਉਹ ਲਵੇ ਨੂੰ ਆਪੇ ਹੀ ਹੋਵੋਗੀਆਂ, ਹੋ ਜਾਓ ਨਹੀਂ ਬਾਹਰ ਵਾਲੇ ਨੇ ਜਾਣ ਨਹੀਂ ਦੇਣਾ, ਦੇਖ ਤੈਨੂੰ ਅਖੇ ਭੱਜੇ ਨੂੰ ਜਾਣ ਨਾ ਦੇਣਗੇ, ਬਿਹਤਰ ਆ ਹੁਣ ਬਹਿ ਜਾਓ ਲਵੇ ਨੂੰ ਇਕੱਠੀਆਂ ਹੋ, ਬੀਬੀਆਂ ਵੀ ਭਾਈ ਵੀ। ਪੈਂਦਾ ਕਿ ਨਹੀਂ ਪੈਂਦਾ? ਜੇਠ 'ਚ ਕਦੇ ਝੜੀ ਸਾਰੇ ਮਹੀਨੇ ਲੱਗੀ ਦੇਖੀ, 90 ਸਾਲ ਮਸ਼ਹੂਰ ਹੈ, ਕਿਸੇ ਕਿਸੇ ਨੂੰ ਪਤਾ, ਸਿਆਣਿਆਂ ਨੂੰ ਬਾਕੀ ਨੂੰ ਨਹੀਂ ਪਤਾ ਵੀ 90 ਕੀ ਸੀ। ਹੁਣ ਦੁਬਾਰੇ 90 ਫੇਰ ਆਇਆ ਪਿਆ, 3 ਮਹੀਨੇ ਨਹੀਂ ਸੀ ਉਦੋਂ ਵਰਖਾ ਹਟੀ। ਹੋਰ ਸੁਣੋ, ਲੋੜ ਹੈ ਐਵੇਂ ਨਹੀਂ ਸਿਆਉਣੇ ਵਾਲਾ ਉੱਚਾ ਕੂਕਦਾ। ਅਸੀਂ ਕਹਿੰਦੇ ਸੀ ਗੁਰਦੁਆਰਾ ਭਜਨਗੜ੍ਹ ਸਾਹਿਬ ਦੀਆਂ ਚਾਬੀਆਂ 300 ਸਾਲਾਂ 'ਚ ਪਕੜਾਵਾਂਗੇ, ਇਹ ਵਸਤੂ ਕਿਹਨੂੰ ਦੇਈਏ? ਰੂਪ ਨਾਰਾਇਣ ਬਾਲਕ ਪਹਿਲਾ ਸੀ ਟੋਡਰਮਲ, ਮਹਾਰਾਜ ਤੁਹਾਨੂੰ ਇਹ ਭੇਟਾ ਕਰ ਦੂੰ ਬਾਬਾ ਜੀ, 4 ਹੋ ਗਏ ਭੇਟਾ ਨਾ ਕੀਤਾ, ਪਰ ਉਹ ਭੇਟਾ ਮੋਹਰਾਂ ਕੀਤੀਆਂ, ਪਹਿਲਾਂ ਮੋਹਰਾਂ ਦੇ ਬਦਲੇ ਪੁੱਤਰ ਮਿਲਦੇ ਨੇ। ਜਦ ਆਪੇ ਹੀ ਨਗਾਰੇ ਵੱਜੇ ਸੀ ਔਰੰਗਜ਼ੇਬ ਦੇ, ਉਹ ਦਿੱਲੀ ਵਿੱਚ ਤਖਤਾਂ 'ਤੇ ਉਡੀਕਾਂ ਹੋ ਰਹੀ, ਹਜ਼ੂਰ ਨੇ ਕਿਹਾ ਹੁਣ ਮੈਂ ਬਿਰਧ ਹੋ ਗਿਆ, ਇਹ ਨਗਾਰਾ, ਇਹ ਘੋੜਾ, ਇਹ 5 ਪਿਆਰੇ, ਇਹ ਲੋਹ, ਇਹ ਲੰਗਰ, ਇਹ ਖਜ਼ਾਨਾ, ਇਹ ਨਿਸ਼ਾਨ, ਇਹ ਦੱਖਣੀ ਵੱਲ, ਅੱਜ ਕੌਣ ਹੈ ਜੋਤ ਜਗਾਈ ਬੈਠਾ ਮੈਂ ਉੱਥੇ ਭੇਟਾ ਕਰਦਿਆਂ ਉਹਨਾਂ ਦੀ ਵਸਤ, ਜਿਸ ਕੀ ਵਸਤ ਬੋਲੋਗੇ? ਇਹ ਅਲਗਰਜ ਨੂੰ ਨਹੀਂ ਗੱਦੀ ਦੇਣੀ, ਸ਼ਕਤੀ ਵਾਲੇ ਨੂੰ ਕਿਸੇ ਨੂੰ। ਮੇਰੇ ਨਜ਼ਰ ਨਹੀਂ ਅਜੇ ਆਇਆ ਕੋਈ, ਬਦਨਾਮ ਨਾ ਕਰੇ। ਐ ਸਰਮਰਾ ਸਰਮ ਤੇ ਸਰਮਦਾ, ਮੇਰਾ ਇਸ਼ਕ ਕਹੀਂ ਮਾਖੀਓ ਕੋ ਨਾ ਦੇਣਾ। ਇਹ ਭੌਰਿਆਂ ਨੂੰ ਦੇ ਦਿਓ, ਕਿਸੇ ਨੇ ਘੋੜਾ ਖਿੱਚ ਲਿਆ ਲਗਾਮ, ਕਿਸੇ ਨੇ ਲੋਹ, ਕਿਸੇ ਨੇ ਬਾਬਾ ਆ ਗਾ। ਕਹਿੰਦੇ ਚੰਗਾ ਹੋ ਗਿਆ, ਦਸ਼ਮੇਸ਼ ਜੀ ਦੇ ਪੇਸ਼ ਹਜ਼ੂਰ ਜੁਬਾ ਵਸਥਾ ਹੈ, ਬਾਬਾ ਜੀ ਇਹ ਕੀ ਗੱਲ? ਕਹਿੰਦੇ ਬਸ ਇਹ ਕਿਹੜੀਆਂ ਵਸਤੂਆਂ ਨੇ? ਤੁਸੀਂ ਤਮਤਾਨ ਸਾਹਿਬ ਬਖਸ਼ੀਆਂ ਸੀ, ਤੁਸੀਂ ਹੀ ਆਪੇ ਹੀ ਮੰਗਾ ਲਈਆਂ, ਮੈਨੂੰ ਭੇਟਾ ਬਿਨਾਂ ਕਰਨੀਆਂ ਪਈਆਂ, ਆਪੇ ਹੀ ਖਿੱਚ ਲਿਆ ਕੰਮ। ਇਹ ਸਾਡੇ ਨਾਲ ਵੀ ਹੋਇਆ ਹਜ਼ੂਰ ਸਾਹਿਬ ਵਾਲਾ। ਅੱਛਾ ਅੱਗੇ ਚਲੋ, ਹਜ਼ੂਰ ਨੇ ਸਭ ਕੁਛ ਸੁਣ ਲਿਆ, ਆ ਲੋਹ ਹੈ, ਆ ਖਜ਼ਾਨਾ ਹੈ, ਆ ਨਿਸ਼ਾਨ ਹੈ। ਪਹਿਲਾ ਨਿਸ਼ਾਨ ਉਹ ਬਾਬਾ ਮੀਆਂ ਰੂਪ, ਕਿੱਥੇ ਸੋਹਣਾ, ਕਿੱਥੇ ਸੇਵਾ, ਤਮਤਾਨ ਸਾਹਿਬ ਜੇਠਾਣ ਦੀਆਂ ਧੁੱਪਾਂ 'ਚ ਦੀਵਾਨ ਸਜਣੇ ਪਾਣੀ ਢੋਇਆ। ਗੁਰੂ ਤੇਗ ਬਹਾਦਰ ਸਾਹਿਬ ਫੁਰਮਾਇਆ, ਮੇਹਾ ਤੂੰ ਮੇਹਾ ਬਣ ਗਿਆ ਸੋਹਣੇ ਤੋਂ, ਜਾਂ ਜਿੱਥੇ ਜਾਵੇਂਗਾ ਉੱਥੇ ਮੀਂਹ ਪਵਾ ਤੇ।
ਮੀਹਾਂ ਮੇਰਾ ਨੌਂ, ਆਹ ਪੰਜ ਪਿਆਰੇ। ਇਹ ਨਿਸ਼ਾਨ ਕਈ ਦਫ਼ਾ ਹੁੰਦੀ ਆ ਵੀ ਪਹਿਲਾਂ ਨਿਸ਼ਾਨ ਕਿੱਥੇ ਝੂਲਿਆ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਆਨੰਦਪੁਰੀ ਦੇ ਕਿੱਥੇ ਕਹਿ ਦਿਓ ਜਕਾਰਾ ਇੱਕ ਖੁਸ਼ੀ ਨਾਲ ਦਿੱਤੀ। ਇਹ ਨਿਸ਼ਾਨ ਰੋਲਣਾ ਨਹੀਂ, ਸਾਡੇ ਪਿਤਾ ਜੀ ਦਾ ਬਖਸ਼ਿਆ, ਸੋਹਣੇ ਨੂੰ ਮੀਹਾਂ ਬਣਾਇਆ। ਅੱਜ ਤਿੰਨ ਵਸਤੂਆਂ ਪਈਆਂ ਨੇ, ਉਹ ਮਹਾਤਮਾ ਸਾਡੇ ਇਹ ਚੌਧਰੀ ਖੇੜੀ ਗੁਜਰਾਂ ਖੇੜੀ ਪਸਿਆਣਾ ਨਾਲ ਹੈ। ਕਿਤਨੇ ਜੈ 360 ਧਰਮਸ਼ਾਲਾ ਜਿਹਨਾਂ ਨੇ ਬਣਵਾਈ, ਬਾਬਾ ਮਗਨੀ ਰਾਮ ਡੇਰਾ, ਇਹ ਇਲਾਕੇ ਵਾਲਿਓ ਗਲੀ ਮੁਹੱਲੇ ਵਿੱਚ ਜਾ ਕੇ ਦਰਸ਼ਨ ਕਰਿਓ। ਜਿਹੜੇ ਮੇਰੇ ਵਰਗੇ ਨੇ ਕਦੇ ਹੋ ਸਕੇ ਨਹੀਂ, ਸੁਣਤਾ ਲਓ। ਮੈਂ ਬੋਲ ਰਿਹਾ, ਹਜ਼ੂਰ ਨੇ ਕਿਹਾ ਸੁਣ ਲਿਆ, ਬਾਬਾ ਜੀ ਐਂ ਬੈਠੇ ਆ ਤਖ਼ਤ ਤੋਂ ਅੱਧਾ ਦਸਤਾਰਾ ਲਾ ਕੇ ਕਿਰਪਾਨ ਨਾਲ ਜਿਵੇਂ ਕਿਰਪਾਨ ਭੇਟ ਕਰਦੇ ਹਾਂ, ਐਂ ਕਰਕੇ ਕਹਿੰਦੇ ਲੈ ਬਾਬਾ ਮੀਹਾਂ ਤੈਨੂੰ ਸਾਹਿਬ ਬਣਾ ਦਿੱਤਾ ਅੱਜ। ਇਹ ਬਖਸ਼ਿਸ਼, ਇਹ ਫਕੀਰੋਂ ਕਾ ਬਖਸ਼ਿਸ਼ ਹੈ, ਤਖ਼ਤ ਤਾਂ ਹੈ ਇੱਥੇ, ਜਿਹੜੀ ਬਖਸ਼ਿਸ਼ ਮਿਲ ਜੂ ਉਹਦੇ ਬੇੜੇ ਚੜ੍ਹਦੀ ਕਲਾ ਰਹੂਗੀ। ਇਹ ਤਾਂ ਹੈ ਫਕੀਰਾਂ ਦਾ, ਸ਼ਰੀਅਤਾਂ ਵਾਸਤੇ ਬਹੁਤ ਦੂਰ ਹੈ ਕੰਮ। ਆ ਲਓ ਤੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੈ, ਪੰਚਮ ਪਾਤਸ਼ਾਹ ਦੀ ਰਚੀ ਸੀ, ਸਾਡੇ ਕੋਲ ਇਮਾਨ ਹੈ, ਅੱਗੇ ਭਰੀ ਭਰਨੀ ਹੈ, ਡੈਸ਼ ਗੁਰੂ ਪਿਤਾ ਜੀ ਦੀ ਬਾਣੀ ਭਰਨੀ ਹੈ ਜੀ, ਔਰ ਵੀ ਕੁਛ ਹੈ। ਚਲੋ ਬੀੜਾਂ ਬਾਰੇ ਫਿਰ ਜਦੋਂ 300 ਸਾਲਾਂ ਹੋਊ ਉਦੋਂ ਬੋਲਾਂਗੇ। ਜੇ ਤੁਹਾਤੋਂ ਸੇਵਾ ਗੁਰੂ ਕਰਾਊਗਾ ਤਾਂ ਤੁਸੀਂ ਵੀ ਗੱਜ ਕੇ, ਇਹ ਪਤਾ ਨਹੀਂ ਕਿੱਥੇ ਕਿੱਥੇ ਮਹਾਰਾਜ ਕਰਾਊਗਾ। ਮੈਂ ਬੋਲਣੋ ਨਹੀਂ ਰਹਿੰਦਾ, ਮੀਟਿੰਗ ਪਿਛਲੇ ਐਤਵਾਰ ਆਪਣੇ ਆਪ ਹੀ ਮੈਂ ਬੋਲ ਗਿਆ, ਮੀਟਿੰਗ ਤੁਸੀਂ ਕਰਨੀ ਹੈ। ਪਰਸੋਂ ਇੱਕ ਖਬਰ ਮੈਨੂੰ ਇੱਕ ਪ੍ਰੇਮੀ ਨੇ ਆ ਕੇ ਦੱਸੀ ਕਿ ਕੱਲ੍ਹ ਮੈਂ ਬੋਲਿਆ ਕਿ ਮੱਕੜ ਜੀ ਨੇ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਸਾਰੇ ਹਿੰਦੁਸਤਾਨ ਵਿੱਚ ਦੇਸ਼ ਵਿੱਚ ਮਨਾਓ। ਮੈਂ ਕਿਹਾ ਪਹਿਲਾਂ ਨਾ ਖਬਰ ਕੱਢੀ, ਪਹਿਲਾਂ ਨਾ ਕੱਢੀ। ਕੁਝ ਮਾਰੀ ਤੇ ਚੱਲਦੇ ਨੇ, ਅਸੀਂ ਬੁਰਾ ਨਹੀਂ ਕਹਿੰਦੇ, ਭਲਾ ਹੀ ਹੈ, ਬਹੁਤ ਅੱਛਾ ਜੇ ਤੁਹਾਨੂੰ ਵੀ ਜਾਗ ਆ ਗਈ। ਨਹੀਂ ਤਾਂ ਉਹ ਜਲੂਸ ਹਜ਼ੂਰ ਸਾਹਿਬ ਤੋਂ ਲਿਆ ਕੇ ਇਹ ਪਿੰਡਾਂ ਦਰ ਦਰ ਗਲੀਆਂ ਮੁਹੱਲਿਆਂ 'ਚ ਵੀ ਫੇਰ ਗਏ, ਸਾਡਾ ਜੇ ਕੋਈ ਫੈਸਲਾ ਨਹੀਂ ਹੋਇਆ। ਫੈਸਲਾ ਸੰਤ ਖਾਲਸਾ ਦਲ ਨੇ ਕਰਨਾ, 2 ਮੀਟਿੰਗ